ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 6 ਬੱਚੀਆਂ ਸੇਲ ਲਈ ਲੈ ਕੇ ਆਏ ਜੀ। ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ। ਕੰਟੈਕਟ ਨੰਬਰ ਨੋਟ ਕਰੋ, 8647615312। ਆਓ ਪੁੱਛ ਲੈਂਦੇ ਆਪਾਂ ਬਾਈ ਤੋਂ ਡਿਟੇਲ। ਅਜੋ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਵਧੀਆ, ਬਹੁਤ ਵਧੀਆ, ਚੜ੍ਹਦੀ ਕਲਾ ਜੀ। ਚਲੋ ਵਧੀਆ। ਨਾਮ ਤੇ ਐਡਰੈਸ ਬੋਲ। ਨਾਮ ਹੈ ਜੀ ਕੁਲਵਿੰਦਰ ਸਿੰਘ, ਪਿੰਡ ਆਪਣਾ ਘੋਲੀਆ ਖੁਰਦ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਰਹਿੰਦਾ, ਵੱਡਾ ਘੋਲੀਆ ਦੋਨੇ ਕਿਤੇ ਮਾਰੂ ਕੇ। ਮੋਬਾਈਲ ਨੰਬਰ ਬੋਲ। 98819 35553 ਜੀ। ਤੇ ਜਿਹੜੀ ਪਹਿਲਾਂ ਪਿਛਲੇ ਵੀਡੀਓ ਪਾਈ ਸੀ ਉਹਦਾ ਰਿਸਪੌਂਸ ਕਿਵੇਂ ਰਿਹਾ? ਰਿਸਪੌਂਸ ਵਧੀਆ ਡਾਕਟਰ, ਆਪਾਂ ਨੂੰ ਹਰ ਇੱਕ ਵੀਡੀਓ ਦਾ ਵਧੀਆ ਮੁੱਲ ਵੀ ਜਾਇਜ਼ ਸੀ, ਹਨਾ? ਜਾਇਜ਼ ਮੁੱਲ ਆ ਤੇ ਮਾਲ ਵੀ ਵਧੀਆ ਹੁੰਦਾ, ਮਾਲ ਵੀ ਕੁਆਲਿਟੀ ਆ, ਤਾਂ ਕਰਕੇ ਆਪਣਾ ਟਾਈਮ ਨਾਲ ਹੀ ਸੇਲ ਹੋ ਜਾਂਦੇ ਆ ਕੁਛ। ਚਲੋ ਵਧੀਆ, ਚੰਗੀ ਗੱਲ। ਤੇ ਅੱਜ ਰੇਟ ਆਪਣੇ ਕੋਲ 6 ਬੱਚੀਆਂ ਤੇ ਰੇਟ ਉਹੀ ਰਹਿਣਗੇ? ਰੇਟ ਆਪਣਾ ਫੋਨ ਤੇ ਰਹੂਗਾ, ਪਹਿਲਾਂ ਵਾਂਗੂ ਜਾਇਜ਼ ਹੀ ਰਹਿਣਗੇ? ਹਾਂਜੀ ਜਾਇਜ਼ ਹੀ ਆ, ਤੁਹਾਡੇ ਸਾਹਮਣੇ ਹੀ ਸੇਲ ਹੁੰਦੀਆਂ, ਰੇਟ ਆਪਣੇ ਜਾਇਜ਼ ਕਰਕੇ ਤਾਂ ਹੀ ਸੇਲ ਹੁੰਦੀਆਂ ਹੈਗਾ, ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਮਿਲਕ ਟੀਸ ਬੱਚਿਆਂ ਖੀਰ ਸਾਰੀਆਂ। ਸਹੀ ਗੱਲ ਆ ਬਾਈ, ਆਹ ਬੱਚੀਆਂ ਹੈਗਾ ਟੀਕਾ ਲੈਣ ਤਿਆਰ ਆ ਬਿਲਕੁਲ, ਠੀਕ ਆ, ਟੀਕਾ ਲੈਣ 1 ਮਹੀਨਾ 2 ਮਹੀਨੇ ਅਗਲਾ ਸੀ ਕਰਨੀ ਚਾਹ 2 ਮਿੰਟ ਰੋਕੇ। ਠੀਕ ਆ, ਤਾਂ ਆਪਣੀ ਮਤਲਬ ਵੀ ਸੇਵਾ ਕਰ ਸਕਦਾ ਬੰਦਾ, ਠੀਕ ਹੈ ਜੀ। ਤੇ ਬਾਕੀ ਸਾਰੀਆਂ 4-4 ਥਾਂ ਨਾਲ ਕਿਸੇ ਦੇ ਫੋਟ ਛਾਂਗ ਨੀ ਗੀ, ਠੀਕ ਹੈ ਬਾਈ। ਹਾਂਜੀ, ਜੇ ਕੋਈ ਇਕੱਠੀਆਂ ਮੰਗਾਉਣਾ ਚਾਹੂਗਾ ਤਾਂ ਆਪਾਂ ਤੁਹਾਨੂੰ ਵੱਧ ਕਰ ਦਿਆਂਗੇ, ਠੀਕ ਹੈ। ਪਹਿਲੇ ਨੰਬਰ ਤੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਜੀ, ਇਹ ਤੋਂ ਸ਼ੁਰੂ ਕਰ ਲਓ। ਥਣ ਬਈ ਬੜਾ ਕਮਾਲ ਦਾ ਲੱਗਿਆ, ਹਨਾ? ਕੱਲਾ ਥਣ, ਹਾਈਟ ਲੈਂਥ ਬਹੁਤ ਆ ਅੱਛੀ ਦੀ, ਬਾਕੀ ਆਪਾਂ ਕੱਢ ਕੇ ਦਿਖਾਉਂਦੇ ਆ ਠੀਕ ਹੈ। ਦੇ ਤਕਰੀਬਨ ਬਾਈ ਕਾਵਾ ਜੂਈ ਆ, ਹਨਾ? ਕੱਦ ਬਿੱਡ ਚੰਗਾ, ਰੰਗ ਰੂਪ ਚੰਗਾ, ਚੰਗੀ ਆ। ਬਾਕੀ ਫੇਸ ਵਗੈਰਾ ਦਿਖਾਉਂਦੇ, ਫੇਸ ਬੜਾ ਪਿਆਰਾ, ਦੇਖੋ ਬੋਧੀ ਬੜੀ ਚੰਗੀ ਆ, ਸਨੱਖ ਬਣਾ ਖੀਰੀ ਬੱਚੀ ਆ ਬਾਈ, ਚੰਗਾ ਗਾ ਦੰਦਾਂ ਚ ਖੀਰੀ ਆ, ਖੀਰੀ ਜਮਾ ਕੱਚੀ ਖੀਰੀ ਲਾ ਬਾਈ, ਕਿਆ ਬਾਤ ਆ, ਜਮਾ ਖੀਰੀ ਆ ਬਾਈ, ਫੇਸ ਬੜਾ ਪਿਆਰਾ, ਰੰਗ ਰੂਪ ਚੰਗਾ, ਬਾਕੀ ਤੋਰਾ ਵਗੈਰਾ ਚੈੱਕ ਕਰਵਾ ਦੇ, ਚੰਗੀ ਆ ਬੱਚੀ, ਸਮੀ ਭਲੀ ਆ, ਟੀਕੇ ਦੇ ਤਕਰੀਬਨ ਬਾਈ ਘਾ ਬਲੀ ਆ। ਤੇ ਮਾਂ ਦਾ ਦੁੱਧ ਕਿੰਨਾ ਸੀ? ਦੁੱਧ ਡਾਕਟਰ ਇਹਦਾ ਮਦਰ ਮਿਲਕ 30+ ਆ, ਠੀਕ ਆ। ਬਾਕੀ ਸਾਹਮਣੇ ਆ ਬੱਚੀ ਹੁਣ, ਸਹੀ ਬੱਚੀ ਜਮਾ ਕੱਦ ਕਾਠ ਪੂਰਾ ਫੁੱਲ ਆ। ਮਾਂ ਦਾ ਦੁੱਧ ਕਿੰਨਾ? ਕੱਚੀ ਖੀਰੀ ਆ, ਇਹਦਾ 30+ ਆ ਮਦਰ ਮਿਲਕ, ਜਿਹੜਾ 30+ ਬਾਈ ਮਾਂ ਨੇ ਦੁੱਧ ਦਿੱਤਾ ਇਹਦੀ ਨੇ। ਤੇ ਬੋਧੀ ਬਾਦੀ ਸਨੱਖ ਪੁਣਾ, ਕੱਦ ਬਿੱਡ ਟੀਕੇ ਦੇ ਤਕਰੀਬਨ ਕਾਬਲ, ਤੇ ਚੰਗੀ ਆ ਬੱਚੀ, ਝੋਲੀ ਝੋਲੀ ਸਾਫ ਆ, ਦੰਦਾਂ ਚ ਖੀਰੀ ਆ ਬਿਲਕੁਲ ਕੱਚੀ ਆ ਬਾਈ। ਹਾਂ, ਮੁੱਲ ਆ ਜਿਹੜਾ ਬਾਈ ਫੋਨ ਤੇ ਹੋ ਜਾਣਾ, ਮੁੱਲ ਬਾਈ ਦੇ ਜਾਇਜ਼ ਹੁੰਦੇ ਆ, ਠੀਕ ਆ ਬਾਈ। ਚੰਗੀ ਆ ਬੱਚੀ, ਸਮੀ ਪਲੀ ਆ, ਜਾਣਸਾਰ ਕਰਮ ਵਾਲੀ ਨੇ ਟੀਕਾ ਲੈ ਲੈਣਾ, ਕੋਈ ਬਾਹਲੀ ਸਾਂਭਣ ਦੀ ਵੀ ਲੋੜ ਨੀ ਬਾਈ। ਬਾਕੀ ਡਾਕਟਰ ਅਗਲਾ ਆਪਦੀ ਤਸੱਲੀ ਕਰਕੇ ਲਿਜਾ ਸਕਦਾ ਇੱਥੇ ਆ ਕੇ, ਜਿਹਨੇ ਆਨਲਾਈਨ ਮੰਗਵਾਉਣੀ ਆ ਤਾਂ ਠੀਕ ਆ, ਆਨਲਾਈਨ ਵੀ ਭੇਜ ਦਾਂਗੇ, ਉਹਦੀ ਪੇਮੈਂਟ ਆਪਣੀ ਪਹਿਲਾਂ ਹੀ ਹੁੰਦੀ ਆ ਬਸ। ਓਕੇ ਬਾਈ। 2 ਨੰਬਰ ਬੱਚੀ, ਕਿੰਨੀ ਉਮਰ ਹੈ ਇਹਦੀ? ਇਹ ਵੀ ਡਾਕਟਰ ਹੈਗੀ 13 ਕੁ ਮਹੀਨਿਆਂ ਦੀ ਬੱਚੀ ਆ, ਝੋਲੀ ਯਾਰ ਇਹਦੀ ਵੀ ਬੜੀ ਕਮਾਲ, ਸਾਰਿਆਂ ਦੇ ਕਮਾਲ ਦੀ ਆ, ਗੁਲਾਬੀ ਥਣ ਸਾਰਿਆਂ ਦੇ, ਸਹੀ ਗੱਲ ਆ। ਤੇ ਫੇਸ ਕੁਆਲਿਟੀ ਤੇਰੇ ਸਾਹਮਣੇ, ਫੇਸ ਦੇਖੋ ਲੈ, ਫੇਸ ਬੜਾ ਚੰਗਾ, ਬੋਧੀ ਆ ਜਿਹੜੀ ਬਹੁਤ ਚੰਗੀ ਆ, ਸਨੱਖਪਣਾ ਬੱਚੀ ਦੇ ਵਿੱਚ ਬਹੁਤ ਆ ਬੱਚੀ ਉੱਪਰੋਂ, ਠੀਕ ਆ, ਜਮਾਂ ਤਿਆਰ ਹੀ ਆ। ਸਹੀ ਗੱਲ ਆ ਬਾਈ, ਟੀਕੇ ਦੇ ਤਕਰੀਬਨ ਇਹ ਵੀ ਕਾਬਲੀ ਆ ਬਾਈ, ਚੰਗੀ ਆ, ਬੋਡੀ ਵੇਟ ਵੀ ਚੰਗਾ ਗਾ, ਤੋਰਾ ਤਾਰਾ ਚੰਗਾ, ਝੋਲੀ ਕਮਾਲ ਦੀ ਆ, ਕੱਲਾ ਕੱਲਾ ਥਣ, ਪੂਰੀ ਵਿੱਥੀ ਦੇ ਥਣ, ਤੇ ਮਾਂ ਦਾ ਦੁੱਧ 30+ ਹੀ ਆ ਸਾਰੀਆਂ, 30+ ਆ ਡਾਕਟਰ ਇਹਨਾਂ ਦਾ, ਠੀਕ, ਮਦਰ ਮਿਲਕ
ਬਾਕੀ ਅਗਲੇ ਦੀ ਸੇਵਾ ਨੇ ਦੁੱਧ ਕੱਢਣਾ ਯਾਰ। ਸਹੀ ਗੱਲ ਆ ਭਾਈ, ਚੰਗੀ ਸੇਵਾ। ਹੁਣ ਖੀਰੀਆਂ ਬੱਚੀਆਂ ਕਿਹੜੇ ਕਿਹੜੇ ਕੱਦ ਦਾ ਵੇਖ ਲਾ ਬੱਚੀਆਂ ਦਾ, ਹਾਂਜੀ, ਤਾਂ ਉਸ ਹਿਸਾਬ ਨਾਲ ਹੀ ਦੁੱਧ ਦੋਗੇ ਜੇ ਢਾਂਚਾ ਹੋ ਜਾਣ ਵਾਲਾ। ਸਹੀ ਹੈ। ਹੁਣ ਕਿਸੇ ਨਾਲ ਜਾ ਕੇ ਭਾਈ ਸੁੱਕੀ ਤੂੜੀ ਤੇ ਬੰਨ ਦੇਣਗਾ, ਹਾਂਜੀ, ਫੀਡ ਚੰਗੀ ਪਾਉਣੀ ਨੀ, ਮੈਨੂੰ ਮਿਕਸਚਰ ਨੀ ਪਾਉਣਾ, ਸਹੀ ਗੱਲ, ਤਾਂ ਫੇਰ ਭਾਈ ਉਹਨਾਂ ਨੇ ਕੁਛ ਨੀ ਦੇਣਾ, ਸਹੀ ਗੱਲ, ਆਪਣੇ ਕੋਲ ਕੋਈ ਲੈਣ ਵੀ ਨਾ ਆਵੇ। ਓਕੇ ਭਾਈ, ਅੱਗੇ ਭਰਾ ਤਿੰਨ ਨੰਬਰ, ਇਹ ਆਇਰ ਸ਼ਹਿਰ ਆ ਬਾਈ, ਆਇਰ ਸ਼ਹਿਰ ਬਰੀਡ, ਝੋਲੀ ਕਮਾਲ ਸੀ ਆ, ਝੋਲੀ ਗੁਲਾਬੀ ਥਾਣਾ, ਫੇਸ ਬੜਾ ਪਿਆਰਾ ਯਾਰ, ਹੈ ਸਮੀ ਪਲੀ ਜੀ ਹੈ ਨਾ ਬੱਚੀ, ਚਮਕ ਚਮਕ ਚੰਗੀ ਆ, ਤੇ ਆਇਰ ਸ਼ਹਿਰ ਆ ਬਈ, ਤੇ ਤੋਰਾ ਤਾਰਾ ਦੇਖੋ ਬੱਚੀ ਦਾ, ਕਮਾਲ ਆ, ਚੰਗੀ ਆ ਬੱਚੀ, ਝੋਲੀ ਦੀ ਵੀ ਸਾਫ ਜੀ ਆ, ਤੇ ਮੁੱਲ ਕੀ ਇਹਦਾ ਜਾਇਜ਼ ਜਾਂ ਖੂਨ ਤੇ ਹੋ ਜਾ, ਖੂਨ ਤੇ ਹੀ ਕਰ ਲਾਂਗੇ ਡਾਕਟਰ, ਮੁੱਲ ਤਾਂ ਆਪਣੇ ਬਹੁਤ ਜਾਇਜ਼ ਰਹਿੰਦੇ, ਆਪਾਂ ਕੋਈ 25 ਇੰਨੀ ਕਰਦੇ, ਕੋਈ 30 ਨਹੀਂ ਕਰਦੇ, ਕੋਈ 35 ਨਹੀਂ, ਜਮਾ ਜਾਇਜ਼ ਮੁੱਲ ਹੀ ਹੁੰਦੇ ਆ, ਜਮਾ ਬਾਈ ਦੇ ਜਾਇਜ਼ ਹੀ ਮੁੱਲ ਹੁੰਦੇ ਆ ਬਾਈ, ਫੇਸ ਬੜਾ ਪਿਆਰਾ ਰੰਗ ਰੂਪ, ਆਪਣੇ ਕੋਲ ਕਸਟਮਰ ਆਉਂਦੇ ਆ ਉਹ ਆਪ ਹੀ ਦੱਸ ਦਿੰਦੇ ਆ ਕਿ ਬਾਕੀ ਰੇਟ ਥੋੜਾ ਜਾਇਜ਼ ਆ। ਸਹੀ ਗੱਲ ਆ ਬਾਈ, ਰੇਟ ਬਾਈ ਦੇ ਜਾਇਜ਼, ਰੇਟ ਦੇ ਨਾਲ ਨਹੀਂ ਹੁੰਦਾ ਹੈਗਾ, ਕੁਆਲਿਟੀ ਵੀ ਜ਼ਰੂਰੀ ਚਾਹੀਦੀ ਆ ਨਾ, ਮੇਨ ਗੱਲ ਨਾਲ ਤਿਆਰ ਕਰਨੀਆਂ ਹੈਗਾ, ਉਹਦੇ ਕੋਲ ਕੁਆਲਿਟੀ ਹੋ ਫੇਰ ਹੀ ਆ ਗਾਂ ਫਾਇਦਾ। ਸਹੀ ਗੱਲ ਆ ਬਾਈ, ਨਾਲ ਕੁਆਲਿਟੀ ਵੀ ਮੈਟਰ ਕਰਦੀ ਆ, ਬਿਲਕੁਲ ਜੀ ਬਿਲਕੁਲ। ਅੱਗੇ 4 ਨੰਬਰ ਖੋਲ ਲਓ ਜੀ, ਕਿੰਨੀ ਕੁ ਉਮਰ ਹੋ ਗਈ ਇਹ? 8 ਮਹੀਨੇ ਦੀ ਬੱਚੀ ਆ ਡਾਕਟਰ। ਠੀਕ ਆ, ਫੇਸ ਦਿਖਾ ਦਿਓ ਜੀ, ਫੇਸ ਬੜਾ ਪਿਆਰਾ ਬਾਈ, ਬੋਦੀ ਬਾਦੀ ਬਹੁਤ ਚੰਗੀ ਆ, ਸਨੱਖਪਣਾ ਬੱਚੀ ਦੇ ਵਿੱਚ ਚੰਗਾ ਗਾ ਬਾਈ, ਪ੍ਰਿੰਟ ਪ੍ਰੁੰਟ ਬਹੁਤ ਚੰਗਾ, ਸਮੀ ਪਲੀ ਆ ਬੱਚੀ, ਝੋਲੀ ਜ਼ਰੂਰ ਦਿਖਾਵਾਂਗੇ ਬਾਈ, ਤੋਰਾ ਤਾਰਾ ਚੈੱਕ ਕਰ ਲਓ ਬੱਚੀ ਦਾ, ਚੰਗਾ ਗਾ ਬਾਈ। ਮਾਂ ਦਾ ਦੁੱਧ 30 ਪਲੱਸ ਹੀ ਆ, ਹਾਂਜੀ, ਠੀਕ ਆ, ਕਿਉਂ ਇੱਕੋ ਫਾਰਮ 'ਚ ਇੰਨੀਆਂ ਬੱਚੀਆਂ ਬਾਈ, ਤੇ ਮੁੱਲ ਆ ਜਿਹੜੇ ਫੋਨ ਤੇ ਹੋ ਜਾਣੇ, ਮੁੱਲ ਜਾਇਜ਼ ਹੋਣਗੇ, ਮੁੱਲ ਤਾਂ ਵੀਰੇ ਜਾਇਜ਼ ਹੀ ਰੱਖੀ ਦੇ ਆਪਾਂ, ਕੋਈ ਵੱਧ ਨਹੀਂ ਮੁੱਲ ਕਰੀ। ਸਹੀ ਗੱਲ ਆ ਬਾਈ, ਫੇਸ ਚੰਗਾ, ਬੋਦੀ ਚੰਗੀ ਆ, ਤੋਰਾ ਤਾਰਾ ਖੜਨੀ ਖੁੜਨੀ ਬੱਚੀ ਦੀ ਬਹੁਤ ਚੰਗੀ ਆ, ਝੋਲੀ ਦੀਆਂ ਬਲ ਬੁਲ ਢਿੱਲਾਂ ਬਹੁਤ ਨੇ, ਬਾਕੀ ਹੁਣ 4 ਸਾਰਿਆਂ ਨੇ ਪਾ ਲਏ ਹੈਗੇ, 4 ਨਾਲ ਹੀ ਬੱਚੀਆਂ ਹੁਣ ਸਹੀ ਬਣਨੀਆਂ, ਬਹੁਤ ਛੇਤੀ ਤਿਆਰ ਹੁੰਦੀਆਂ, ਲਵਗਾ ਬੱਚੀਆਂ ਚੰਗੀਆਂ ਤਿਆਰ ਹੋ ਜਾਂਦੀਆਂ। ਸਹੀ ਗੱਲ ਆ ਬਾਈ ਦੀ, ਗੱਲ ਸਹੀ ਆ, 4 ਨਾਲ ਬੱਚੀ ਬਹੁਤ ਛੇਤੀ ਤਿਆਰ ਹੋ ਜਾਂਦੀ ਆ, ਜਿਵੇਂ ਬਾਈ ਇਹ ਬੱਚੀ ਆ ਤਕਰੀਬਨ ਚੰਗੀ ਕੇਅਰ ਜੀ ਹੋ ਗਈ, 3 ਮਹੀਨੇ ਸੰਭਾਈ ਹੋ ਗਈ ਦੱਬ ਕੇ, ਵਾਈਟ ਲੈਂਥ ਪੂਰੀ ਆ, ਸਟ੍ਰੇਟਨੈਸ ਬਹੁਤ ਆ ਬੱਚੀ ਦੇ ਵਿੱਚ, ਸਹੀ ਗੱਲ ਆ, ਸਿੱਧੀ ਸੁੱਧੀ ਚੰਗੀ, ਹਾਂ ਝੋਲੀ ਵੀ ਚੰਗੀ ਆ। ਓਕੇ, ਅੱਗੇ 5 ਨੰਬਰ, 7 ਮਹੀਨੇ ਦੀ ਬੱਚੀ ਆ ਵੀਰੇ, 7 ਮਹੀਨੇ, ਹਾਂਜੀ, ਠੀਕ ਆ ਬਾਈ, ਕਿਹੜੀ ਟੀਕੇ ਦੀ ਹੈ? ਟੀਕੇ ਡਾਕਟਰ ਆਪਾਂ ਨੂੰ 2 ਬੱਚੀਆਂ ਦੇ ਨੀ ਪਤਾ, ਠੀਕ ਆ, ਠੀਕ ਆ, ਜਿਹੜੀਆਂ ਦੇ ਪਤਾ ਉਹ ਆਪਾਂ ਫੋਨ ਤੇ ਦੱਸ ਦਿਆਂਗੇ। ਬਹੁਤ ਠੀਕ ਆ, ਬੱਚੀ ਇਹ ਵੀ ਚੰਗੀ ਆ, ਮੂੰਹ ਬੜਾ ਸੋਹਣਾ ਯਾਰ ਬੱਚੀ ਦਾ, ਹਨਾ, ਸਾਰ ਕੋਈ ਡਾਕਟਰ ਸੰਭੀ ਪਲੀ ਵੀ ਬੱਚੀ, 4 ਚਪੇਰ ਗੋਲੀ ਪਈ ਹੈ, ਗੋਲੀ ਪਈ ਹੈ, ਸਹੀ ਗੱਲ, ਤੋਰਾ ਤਾਰਾ ਕਮਾਲ ਦਾ, ਪ੍ਰਿੰਟ ਪ੍ਰੁੰਟ ਚੰਗਾ, ਫੇਸ ਬੜਾ ਪਿਆਰਾ, ਤੋਰਾ ਤਾਰਾ ਚੈੱਕ ਕਰ ਲਓ ਬੱਚੀ ਦਾ, ਬਹੁਤ ਚੰਗਾ ਹੈਗਾ ਬਾਈ, ਤੇ ਮੁੱਲ ਇਹਦਾ ਵੀ ਜਾਇਜ਼ ਹੀ ਹੋਊ, ਹਨਾ, ਜਾਇਜ਼ ਹੀ ਵੀਰੇ, ਜਾਇਜ਼ ਹੀ ਰੱਖ, ਠੀਕ ਆ, ਸਮੀ ਪਲੀ ਆ, ਝੋਲੀ ਝਾਲੀ ਚੰਗੀ ਆ ਬਈ, ਤੇ ਬਾਕੀ ਗੋਲ ਗੋਲ ਪਈ ਆ, ਹਨਾ, ਹਾਂਜੀ ਹਾਂਜੀ, ਝੋਲੀ ਜ਼ਰੂਰ ਦਿਖਾਵਾਂਗੇ ਬਈ, ਕੱਲਾ ਕੱਲਾ 4-4 ਹੀ ਹੋਣਗੇ ਬਾਈ, ਫੂਡ ਸ਼ਾਂਕ ਕਿਸੇ ਤੇ ਵੀ ਨਹੀਂ ਹੋਊਗੀ, ਠੀਕ ਹੈ ਜੀ, ਹਾਂਜੀ, ਠੀਕ ਆ, ਝੋਲੀ ਦਿਖਾਉਂਦੇ ਹਾਂ ਬਈ, ਕੱਲਾ ਕੱਲਾ ਥਾਣ, ਪੂਰੀ ਬੱਚੀ ਤੇ ਥਾਣ, ਕਿਆ ਬਾਤ ਆ। ਅੱਗੇ ਵੀਰੇ ਲਾਸਟ, ਕਿੰਨੀ ਕੇ ਏਜ ਆ ਦੀ? ਇਹ 11 ਕੁ ਮਹੀਨੇ ਦੀ ਬੱਚੀ ਆ ਡਾਕਟਰ, 11 ਮਹੀਨਿਆਂ ਦੀ, ਦੰਦਾਂ ਚ ਖੀਰੀ ਆ? ਖੀਰੀ ਵੀਰੇ, ਆਪਾਂ ਚੈੱਕ ਵੀ ਕਰਵਾ ਦਿੰਦੇ, ਬਾਕੀ ਅਗਲਾ ਕੇ ਆਪ ਚੈੱਕ ਕਰ ਲੈ ਯਾਰ, ਆਪਾਂ ਨੂੰ ਕੋਈ ਦਿੱਕਤ ਨਹੀਂ ਗਾ, ਇਹ ਨਹੀਂ ਹੈਗਾ ਵੀ ਆਪਾਂ ਦੋਂਦੀ ਨੂੰ ਖੀਰੀ ਕਹਿ ਦਾਂਗੇ, ਖੀਰੀ ਦਾ ਖੀਰ ਕੋਈ ਕਵਾਂਗੇ। ਬਹੁਤ ਠੀਕ ਆ ਬਾਈ, ਕਮਾਲ, ਓਕੇ ਆ।
ਫੇਸ ਬੜਾ ਚੰਗਾ ਖੁਦ ਹੀ ਦੇਖੋ ਸਨੱਖਪਣਾ ਬੱਚੀ ਦੇ ਵਿੱਚ ਬਹੁਤ ਆ ਤੇ ਸਾਂਭ ਕੇ ਬੱਚੀ ਨੇ ਬਈ ਨਿਖਰਨਾ ਬਹੁਤ ਆ ਪ੍ਰਿੰਟ ਪ੍ਰੂੰਟ ਬਹੁਤ ਚੰਗਾ ਰੰਗ ਜਿਹੜਾ ਇਦੋਂ ਬਾਅਦ ਹੀ ਇਹਨਾਂ ਦੀ ਜਿਹੜੀ ਨਖੇਰ ਆਉਂਦਾ ਬੱਚੀ ਚ ਛੋਟੇ ਬੱਚੇ ਗਿਰਾਂ ਤੁਰਦੇ ਔਖੇ ਆ ਆਪਾਂ ਬਾਲਾ ਪੱਕਾ ਪਸ਼ੂ ਨਹੀਂ ਲੈ ਕੇ ਰਾਜੀ ਵੀਰ ਸਹੀ ਆਪਾਂ ਨੂੰ ਇਹ ਹੁੰਦਾ ਵੀ 2-4 ਮਹੀਨੇ ਅਗਲਾ ਸਾਂਭ ਕੇ ਉਹਦੀ ਮਿਹਨਤ ਪੱਲੇ ਪਵੇ ਸਹੀ ਗੱਲ ਆ ਬਾਈ ਮੋਲਾ ਬਾਈ ਦੇ ਜਾਇ ਜੀ ਆ ਤੇ 6 ਬੱਚੀਆਂ ਸੀ ਬਾਈ ਕੋਲ 6 ਦੀਆਂ 6 ਦਿਖਾਤੀਆਂ ਦੋ ਦਿਨ ਖੜਿਆਲਾ ਤਿੰਨ ਦਿਨ ਖੜਿਆਲਾ ਇਹ ਕੰਮ ਨੀ ਹੋਣਾ ਠੀਕ ਆ ਠੀਕ ਆ ਜੀ ਦੂਸਰਾ ਨੰਬਰ ਇਹ ਆ ਜਿਹੜੇ ਵੀਰ ਕਹਿੰਦੇ ਆ ਵੀ ਬੱਚੀ ਇੱਥੇ ਚੜਾ ਦੇ ਪੈਸੇ ਅਸੀਂ ਇੱਥੇ ਗੱਡੀ ਚ ਲਾਉਣ ਤੋਂ ਪਹਿਲਾਂ ਦੇ ਦਿਆਂਗੇ ਉਹ ਕੰਮ ਵੀ ਨੀ ਆਪਾਂ ਕਰਦੇ ਇੱਥੇ ਆਓ ਆ ਕੇ ਤਸੱਲੀ ਕਰੋ ਪੈਸੇ ਦਿਓ ਤੇ ਲੈ ਬਹੁਤ ਠੀਕ ਆ ਹਾਂ ਤੇ ਜਾਂ ਫਿਰ ਪੇਮੈਂਟ ਪਹਿਲਾਂ ਪੇਮੈਂਟ ਜੇ ਗੂਗਲ ਪੇ ਕਰ ਦਿਓ ਪੇਟੀਐਮ ਕਰ ਦਿਓ ਬਸ ਇਹੀ ਆ ਤੇ ਬਾਕੀ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਇੱਥੇ ਆਓ ਆ ਕੇ ਆਪਦਾ ਚੈੱਕ ਕਰਕੇ ਡੰਗਰ ਲੈ ਕੇ ਜਾਓ ਤਸੱਲੀ ਦਾ ਬਾਈ ਮੌਕਾ ਦੇ ਰਿਹਾ ਹੈਗਾ ਹਨਾ ਪੂਰੀ ਇਹ ਨੀ ਹੈਗਾ ਬਾਈ ਬਾਕੀ ਆਪਾਂ ਸਾਫ਼ ਹੀ ਕੰਮ ਕਰੀਦਾ ਬਾਈ ਸਾਫ਼ ਮਾਲ ਦੇਈਦਾ ਅੱਜ ਤੱਕ ਆਪਾਂ ਲਾਂਭਾ ਨੀ ਕਿਸੇ ਤੋਂ ਲਿਆ ਦੁਆਰਾ ਦੁਆਰਾ ਆਪਾਂ ਨੂੰ ਫੋਨ ਜ਼ਰੂਰ ਆਉਂਦੇ ਬੱਚੀਆਂ ਦੇ ਵੀ ਹੋਰ ਬੱਚੀਆਂ ਦੀ ਡਿਮਾਂਡ ਹੈਗੀ ਆ ਵੀ ਹੋਰ ਚਾਹੀਦੀ ਬਹੁਤ ਠੀਕ ਆ ਬਾਈ ਧੰਨਵਾਦ